ਮੋਦੀ ਸਾਹਿਬ ਕਾਂਗਰਸ ਪਾਰਟੀ ਨੇ 5 ਸਾਲ ਜਿਹੜੀ ਹੈ ਪਿਛਲੇ ਸਰਕਾਰ ਚਲਾਈ ਹੈ ਔਰ ਉਹਦੇ ਵਿੱਚ ਚੰਨੀ ਸਾਹਿਬ ਨੂੰ 111 ਦਿਨ ਦਾ ਮੌਕਾ ਮਿਲਿਆ ਔਰ ਉਹਨਾਂ ਨੇ ਦੋਹਾਂ ਹੱਥਾਂ ਦੇ ਨਾਲ ਪੰਜਾਬ ਦੇ ਜਿਹੜੇ ਹੈ ਨੂੰ ਲੁੱਟਿਆ ਔਰ ਜਿਹੜਾ ਕਰੋੜਾ ਰੁਪਈਆ ਉਹਨਾਂ ਦੇ ਭਾਂਜੇ ਕੋਲੋਂ ਬਰਾਮਦ ਹੋਇਆ ਔਰ ਜਿਹਦੇ ਕੋਲ ਸਿਕਿਉਰਿਟੀ ਔਰ ਸਰਕਾਰੀ ਜਿਹੜੀ ਐਮਐਲਏ ਦੀ ਜਿਹੜੀ ਗੱਡੀ ਉਹ ਵੀ ਜਿਹੜੀ ਬਰਾਮਦ ਹੋਈ ਹੈ ਉਹਨਾਂ ਨੇ ਸਿਰਫ ਐਲਾਨ ਕੀਤੇ ਆ ਜਿਹਦਾ ਕੋਈ ਵੀ ਪਿੰਡਾਂ ਦੇ ਆਮ ਜਨਤਾ ਦੇ ਲੋਕਾਂ ਨੂੰ ਜਿਹੜਾ ਉਹ ਫਾਇਦਾ ਨਹੀਂ ਪਹੁੰਚਿਆ ਸਿਰਫ ਉਹਨਾਂ ਨੇ ਜਿਹੜੀ ਆ ਬੋਰਡ ਲਾ ਲਾ ਕੇ ਅਖਬਾਰਾਂ ਚ ਟੀਵੀ ਤੇ ਕਰੋੜਾ ਅਰਬ ਰੁਪਈਆ ਪੰਜਾਬ ਦਾ ਜਿਹੜਾ ਉਹ ਖਰਾਬ ਕੀਤਾ ਨੁਕਸਾਨ ਕੀਤਾ ਜੋ ਪੰਜਾਬ ਦੇ ਵਾਸਤੇ 47000 ਕਰੋੜ ਰੁਪਈਏ ਦੇ ਪ੍ਰੋਜੈਕਟ ਲੈ ਕੇ ਆਏ ਸੀ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਵਾਸਤੇ ਪੰਜਾਬ ਦੇ ਸਾਰੇ ਵਰਗਾਂ ਦੇ ਲੋਕਾਂ ਵਾਸਤੇ ਉਹ ਚੰਨੀ ਦੀ ਸਰਕਾਰ ਨੇ ਉਹਨਾਂ ਨੂੰ ਦੇਣ ਤੋਂ ਰੋਕਿਆ ਅਜੀਤ ਮੈਪੀਟੀਵੀ ਦੀ ਟੀਮ ਵੱਲੋਂ ਅੱਜ ਦਾ ਸਵਾਗਤ ਹੈ ਮੈਂ ਜਸਵੀਰ ਸਿੰਘ ਨੂਰਪੁਰ ਮੇਰੇ ਨਾਲ ਕੈਮਰਾਮੈਨ ਗੁਰਜਿੰਦਰ ਸਿੰਘ ਗਰੂ ਅੱਜ ਅਸੀਂ ਪਹੁੰਚੇ ਹਾਂ ਚੌਧਰੀ ਮੋਹਨ ਲਾਲ ਜੀ ਸਾਬਕਾ ਵਿਧਾਇਕ ਹਲਕਾ ਬੰਗਾ ਦੇ ਗ੍ਰਹਿ ਵਿਖੇ ਜਿੱਥੇ ਉਹਨਾਂ ਦੇ ਨਾਲ ਅਸੀਂ ਵੱਖ-ਵੱਖ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਾਂਗੇ ਜਿਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਸੰਯੁਕਤ ਅਕਾਲੀ ਦਲ ਅਤੇ ਪੰਜਾਬ ਲੋਕ ਕਾਂਗਰਸ ਵੱਲੋਂ ਬੰਗਾ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂ ਹਾਂਜੀ ਚੌਧਰੀ ਮੋਹਲਾ ਜੀ ਅੱਜ ਦਾ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਨੂਰਪੁਰੀ ਸਾਹਿਬ ਅਜੀਤ ਵੈਬ ਟੀਵੀ ਦਾ ਜਿਹੜੇ ਅੱਜ ਸਾਡੇ ਘਰ ਆਏ ਹੈ ਬਹੁਤ ਬਹੁਤ ਵੈਲਕਮ ਇਹਨਾਂ ਵੱਲੋਂ ਬੰਗਾ ਹਲਕੇ ਤੋਂ ਦੋ ਵਾਰ ਬੰਗਾ ਹਲਕੇ ਦੀ ਨੁਮਾਇੰਦਗੀ ਕੀਤੀ ਗਈ ਹੈ ਬੰਗਾ ਹਲਕੇ ਦੇ ਵਿਧਾਇਕ ਰਹੇ ਹੈ ਤੇ ਇਹਨਾਂ ਦੀ ਜ਼ਿੰਦਗੀ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਹਾਂਜੀ ਆਪ ਜੀ ਦੀ ਵਿਧਾਇਕ ਯੋਗਤਾ ਅਤੇ ਰਾਸੀ ਰਾਜਨੀਤੀ ਵਿੱਚ ਆਉਣ ਬਾਰੇ ਜਿਹੜਾ ਤੁਹਾਡਾ ਸਫਰ ਹੈ ਉਹਦੇ ਬਾਰੇ ਜਾਣਕਾਰੀ ਦਿਓ ਨੂਰਪ੍ਰੀ ਸਾਬ ਮੇਰਾ ਜਨਮ ਪਿੰਡ ਬਹਿਰਾਮ ਵਿਖੇ ਪਿਤਾ ਜੀ ਚੌਰੀ ਸਵਰਨਾਰਾਮ ਜਿਹੜੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਹੇ ਹੈ ਔਰ ਮਾਤਾ ਰਾਜਰਾਨੀ ਜੀ ਦੇ ਕੋਖੋਂ ਹੋਇਆ 15 1967 ਨੂੰ ਤੇ ਮੈਂ ਐਮਏ ਤੱਕ ਪੜ੍ਹਾਈ ਕੀਤੀ ਹੈ ਤੇ ਮੈਂ ਜਿਹੜਾ ਆਪਣੇ ਪਿਤਾ ਜੀ ਵਾਂਗ ਹੀ ਰਾਜਨੀਤੀ ਦੇ ਖੇਤਰ ਵਿੱਚ ਲੋਕਾਂ ਦੀ ਸੇਵਾ ਦਾ ਖੇਤਰ ਚੁਣਿਆ ਕੁਝ ਸਮਾਂ ਵਿਦੇਸ਼ ਵਿੱਚ ਵੀ ਰਿਹਾ ਤੇ 1991 ਦੇ 92 ਦੇ ਅੰਦਰ ਜਿਹੜੇ ਪੰਚਾਇਤਾਂ ਹੁੰਦੀਆਂ ਇਲੈਕਸ਼ਨਾਂ ਹੋਈਆਂ ਉਹਦੇ ਵਿੱਚ ਸਰਪੰਚ ਬਣਿਆ ਪਿੰਡ ਦਾ ਫਿਰ ਮੈਂ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਬਣਿਆ 1997 ਵਿੱਚ ਬੰਗਾ ਹਲਕੇ ਤੋਂ ਲੋਕਾਂ ਦੀ ਕਿਰਪਾ ਨਾਲ ਜਿਹੜਾ ਇਥੋਂ ਵਿਧਾਇਕ ਬਣਨ ਦਾ ਮੌਕਾ ਮਿਲਿਆ ਔਰ 1997 ਵਿੱਚ ਫਿਰ ਦੁਬਾਰਾ ਮੈਨੂੰ ਲੋਕਾਂ ਦੀ ਮੰਗਾ ਹਲਕੇ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਫਿਰ ਮੈਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਮੈਂਬਰ ਵੀ ਰਿਆਂ 2014 ਦੇ ਅੰਦਰ ਤੇ 2015 ਵਿੱਚ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਪਮਾਨ ਹੋਇਆ ਜਦੋਂ ਉਹਨਾਂ ਨੂੰ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਨੂੰ ਫਾੜਿਆ ਗਿਆ ਔਰ ਦੋ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਅਕਾਲੀ ਸਰਕਾਰ ਵੇਲੇ ਤੇ ਮੈਂ ਉਸ ਤੋਂ ਦੁਖੀ ਹੋ ਕੇ ਜਿਹੜਾ ਤੇ ਆਪਣਾ ਜਿਹੜਾ ਮੈਂਬਰ ਪਬਲਿਕ ਪੰਜਾਬ ਪਬਲਿਕ ਸਰਵਖਮਿਸ਼ਨ ਤੋਂ ਅਸਤੀਫਾ ਦਿੱਤਾ ਸੀ ਤੇ ਇਕੋ ਹੀ ਇੱਕ ਮੈਂ ਵਿਅਕਤੀ ਹਾਂ ਜਿਸ ਨੇ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਜਿਹੜਾ ਏਡੇ ਵੱਡੇ ਅਹੁਦੇ ਤੋਂ ਅਸਤੀਫਾ ਦਿੱਤਾ ਔਰ ਅੱਜ ਭਾਰਤੀ ਜਨਤਾ ਪਾਰਟੀ ਅਤੇ ਪੰਜਾਬ ਲੋਕ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਵਿਧਾਨ ਸਭਾ ਹਲਕਾ ਬੰਗਾ ਤੋਂ 2022 ਦੀਆਂ ਜਿਹੜੀਆਂ ਚੋਣਾਂ ਹੋ ਰਹੀਆਂ ਉਹਦੇ ਵਿੱਚ ਉਮੀਦਵਾਰ ਹਾਂ ਔਰ ਮੇਰਾ ਕਮਲ ਦੇ ਫੁੱਲ ਦਾ ਚੋਣ ਨਿਸ਼ਾਨਾ ਮੈਂ ਬੰਗਾ ਹਲਕੇ ਦੇ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਪਹਿਲਾਂ ਵੀ ਮੈਂ ਦੋ ਵਾਰੀ ਵਿਧਾਇਕ ਜਦੋਂ ਰਿਹਾ ਮੈਂ ਤੁਹਾਡੇ ਵਿੱਚ ਰਿਆਂ ਬੰਗਾ ਹਲਕੇ ਦਾ ਵੱਧ ਤੋਂ ਵੱਧ ਵਿਕਾਸ ਕੀਤਾ ਤੇ ਜੇ ਨਹੀਂ ਰਿਹਾ ਤਾਂ ਵੀ ਤੁਹਾਡੇ ਵਿੱਚ ਹੀ ਦਿਨ ਰਾਤ ਘੁੰਮ ਕੇ ਤੁਹਾਡੇ ਦੁੱਖ ਸੁੱਖ ਦੇ ਵਿੱਚ ਹਾਜ਼ਰ ਰਿਹਾ ਤੇ ਦੁਬਾਰਾ ਫਿਰ ਬੰਗਾ ਹਲਕੇ ਦੀ ਸੇਵਾ ਦਾ ਮੌਕਾ ਦਿਓ ਤੇ ਮੈਂ ਅੱਗੇ ਨਾ ਵੀ ਵੱਧ ਜਿਹੜਾ ਬੰਗਾ ਹਲਕੇ ਦਾ ਵਿਕਾਸ ਕਰਾਵਾਂਗਾ ਬੰਗਾ ਹਲਕੇ ਦੀਆਂ ਜਿਹੜੀਆਂ ਮੁੱਖ ਸਮੱਸਿਆਵਾਂ ਉਹਨਾਂ ਨੂੰ ਹੱਲ ਕਰਉਣ ਲਈ ਤੁਸੀਂ ਕਿਹੜੇ-ਕਿਹੜੇ ਯਤਨ ਕਰੋਗੇ ਨੂਰਪ੍ਰੀਸਾਬ ਤੁਸੀਂ ਪਹਿਲਾਂ ਵੀ ਸਾਡਾ ਕੰਮ ਦੇਖਿਆ ਅਸੀਂ ਜੋ ਮੂਲ ਸਮੱਸਿਆ ਸੀ ਸਾਡੇ ਬੰਗਾ ਸ਼ਹਿਰ ਦੀ ਸਬਜ਼ੀ ਮੰਡੀ ਬਣਾਉਣ ਦੀ ਸੀ ਇੱਥੇ ਸਬ ਤਸੀਲ ਨੂੰ ਬੜਾ ਕਰਨ ਦੀ ਸੀ ਬੰਗਿਆਂ ਦਾ ਹਸਪਤਾਲ ਟਹਾ ਟੇਰੀ ਹੋ ਗਿਆ ਚੁੱਕਾ ਸੀ ਉਹਨੂੰ ਨਵਾਂ ਬਣਾਉਣ ਦੀ ਗੱਲ ਸੀ ਬੱਸ ਸਟੈਂਡ ਨਹੀਂ ਸੀ ਉਹ ਬਣਾਇਆ ਇਹ ਸਾਰੀਆਂ ਗੱਲਾਂ ਅਸੀਂ ਜਿਹੜੀਆਂ ਇਸ ਕਰਵਾਈਆਂ ਔਰ ਇੱਥੇ ਜਿਹੜਾ ਕਾਲਜ ਸਾਡੇ ਪਿੰਡ ਬਹਿਰਾਮ ਵਿੱਚ ਪੋਲੀਟੈਕਨਿਕ ਕਾਲਜ ਬਣਵਾਇਆ ਔਰ ਇਸੇ ਤਰ੍ਹਾਂ ਪਿੰਡਾਂ ਦੇ ਬਖ ਬਖ ਸਕੂਲਾਂ ਨੂੰ ਅਪਗ੍ਰੇਡ ਕਰਾਇਆ ਸੜਕਾਂ ਬਣਾਈਆਂ ਬੰਗਾਲ ਸ਼ਹਿਰ ਦੇ ਪਾਣੀ ਦਾ ਨਿਕਾਸ ਜਿਹੜਾ ਗੰਦੇ ਦਾ ਉਹਦੇ ਵਾਸਤੇ ਡਰੇਨ ਖੜਵਾਈ ਤੇ ਮੈਂ ਸਮਝਦਾ ਕਿ ਜੋ ਪਹਿਲਾਂ ਜਿਹੜੀਆਂ ਸਮੱਸਿਆਵਾਂ ਸੀ ਉਹ ਵੀ ਹੱਲ ਕਰਵਾਈਆਂ ਹੁਣ ਵੀ ਜਿਹੜੀਆਂ ਸਭ ਤੋਂ ਵੱਡੀ ਸਮੱਸਿਆ ਹੈ ਕਿ ਸਾਡੇ ਇਲਾਕੇ ਦੇ ਵਿੱਚ ਰੋਜ਼ਗਾਰ ਵਾਸਤੇ ਇੰਡਸਟਰੀ ਜਿਹੜੀ ਚਾਹੀਦੀ ਹੈ ਕੋਈ ਵੀ ਵੱਡੀ ਇੰਡਸਟਰੀ ਨਹੀਂ ਸਾਡੇ ਜਿੱਥੇ ਨੌਜਵਾਨ ਆਪਣਾ ਰੋਜ਼ਗਾਰ ਪ੍ਰਾਪਤ ਕਰਕੇ ਆਪਣਾ ਰੋਜੀ ਰੋਟੀ ਕਮਾ ਸਕਣ ਔਰ ਸਾਡੇ ਲੋਕ ਵਿਦੇਸ਼ਾਂ 'ਚ ਰਹਿੰਦੇ ਆ ਉਹਨਾਂ ਦੀਆਂ ਵੀ ਬੜੀਆਂ ਸਮੱਸਿਆਵਾਂ ਉਹਨਾਂ ਦੀਆਂ ਇੱਥੇ ਪਿੱਛੇ ਜ਼ਮੀਨਾਂ ਜਾਇਦਾਦਾਂ ਹਨ ਔਰ ਇਸੇ ਤਰ੍ਹਾਂ ਸਾਡੇ ਜਿਹੜੇ ਬੱਚੇ ਵਿਦੇਸ਼ ਜਾ ਰਹੇ ਆ ਪੜਨ ਵਾਸਤੇ ਹਾਈਲਾਈਟ ਕਰਕੇ ਤੇ ਸਾਡੇ ਘਰ ਖਾਲੀ ਹੋ ਰਹੇ ਆ ਸਾਡੇ ਜਿਹੜਾ ਆਪਣਾ ਇਲਾਕਾ ਹੈ ਇਹ ਬਹੁਤ ਹੀ ਵਧੀਆ ਸ਼ਹੀਦ ਆਜਮ ਭਗਤ ਸਿੰਘ ਦਾ ਇਲਾਕਾ ਹੈ ਉਹਨਾਂ ਦਾ ਜੱਦੀ ਪਿੰਡ ਖੜਕੜਕਲਾ ਇਹਦੇ ਵਿੱਚ ਪੈਂਦਾ ਬਬਰ ਅਕਾਲੀ ਇੱਥੇ ਹੋਏ ਆ ਬੜੇ ਬੜੇ ਲੋਕਾਂ ਨੇ ਪੰਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਤੇ ਮੈਂ ਚਾਹੁੰਦਾ ਕਿ ਬੰਗਾ ਹਲਕਾ ਜਿਹੜਾ ਆ ਪੰਜਾਬ ਦਾ ਸਭ ਤੋਂ ਸੋਹਣਾ ਜਿਹੜਾ ਅਸੀਂ ਇੱਥੇ ਆਪਣਾ ਇਲਾਕਾ ਬਣਾਈਏ ਪੰਜਾਬ ਦਾ ਜੇ ਜੋ ਵੀ ਇੱਥੇ ਦੀਆਂ ਲੋਕਾਂ ਦੀਆਂ ਸਮੱਸਿਆਵਾਂ ਹਨ ਉਹਨਾਂ ਨੂੰ ਸਾਰੀਆਂ ਨੂੰ ਅਸੀਂ ਹੱਲ ਕਰਾਂਗੇ ਜਿਵੇਂ ਕਾਂਗਰਸ ਦੀ ਪਿਛਲੇ 5 ਸਾਲ ਦੀ ਕਾਰਜਕਾਰੀ ਆ ਉਹਦੇ ਚਰਨਜੀਤ ਚੰਨੀ ਦੀ ਮੁੱਖ ਮੰਤਰੀ ਹੁੰਦਿਆਂ ਜਿਹੜੀ ਕਾਰਜਕਾਰੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਨੂਰਪੁਰੀ ਸਾਹਿਬ ਕਾਂਗਰਸ ਪਾਰਟੀ ਨੇ 5 ਸਾਲ ਜਿਹੜੀ ਆ ਪਿਛਲੇ ਸਰਕਾਰ ਚਲਾਈ ਹੈ ਔਰ ਉਹਦੇ ਵਿੱਚ ਚੰਨੀ ਸਾਹਿਬ ਨੂੰ 111 ਦਿਨ ਦਾ ਮੌਕਾ ਮਿਲਿਆ ਔਰ ਉਹਨਾਂ ਨੇ ਦੋਹਾਂ ਹੱਥਾਂ ਦੇ ਨਾਲ ਪੰਜਾਬ ਦੇ ਜਿਹੜੇ ਆ ਨੂੰ ਲੁੱਟਿਆ ਔਰ ਜਿਹੜਾ ਕਰੋੜਾ ਰੁਪਈਆ ਉਹਨਾਂ ਦੇ ਭਾਂਜੇ ਕੋਲੋਂ ਬਰਾਮਦ ਹੋਇਆ ਔਰ ਜਿਹਦੇ ਕੋਲ ਸਿਕਿਉਰਿਟੀ ਔਰ ਸਰਕਾਰੀ ਜਿਹੜੀ ਐਮ.ਐਲ.ਏ ਦੀ ਜਿਹੜੀ ਗੱਡੀ ਉਹ ਵੀ ਜਿਹੜੀ ਬਰਾਮਦ ਹੋਈ ਐ ਤੇ ਜ਼ਮੀਨਾਂ ਜਾਇਦਾਦਾਂ ਸੋਨੇ ਦੇ ਹੋਰ ਬਹੁਤ ਕੁਝ ਸਮਾਨ ਜਿਹੜਾ ਮਿਲਿਆ ਤੇ ਉਹਨਾਂ ਨੇ ਸਿਰਫ ਐਲਾਨ ਕੀਤੇ ਆ ਜਿਹਦਾ ਕੋਈ ਵੀ ਪਿੰਡਾਂ ਦੇ ਆਮ ਜਨਤਾ ਦੇ ਲੋਕਾਂ ਨੂੰ ਜਿਹੜਾ ਉਹ ਫਾਇਦਾ ਨਹੀਂ ਪਹੁੰਚਿਆ ਸਿਰਫ ਉਹਨਾਂ ਨੇ ਜਿਹੜੀ ਐ ਬੋਰਡ ਲਾ ਲਾ ਕੇ ਅਖਬਾਰਾਂ ਚ ਟੀਵੀ ਤੇ ਕਰੋੜਾ ਅਰਬ ਰੁਪਇਆ ਪੰਜਾਬ ਦਾ ਜਿਹੜਾ ਉਹ ਖਰਾਬ ਕੀਤਾ ਨੁਕਸਾਨ ਕੀਤਾ ਤੇ ਜਿਹੜੀ ਚੰਨੀ ਦੀ ਕਾਰਗੁਜ਼ਾਰੀ ਆ ਸਭ ਤੋਂ ਬੇਹੱਦ ਜਿਹੜੀ ਆ ਮਾੜੀ ਰਹੀ ਹੈ ਪੰਜਾਬ ਵਾਸਤੇ ਤੇ ਇਸ ਦੀ ਰਾਜਨੀਤੀ ਦੇ ਵਿੱਚ ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੀ ਕਾਰਜਕਾਰੀ ਆ ਉਹਦੇ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਆ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿਹੜੇ ਦੇਸ਼ ਦੇ ਵਾਸਤੇ ਜੀਣੇ ਵਾਚ ਚਾਹੁੰਦੇ ਆ ਮਰਨਾ ਚਾਹੁੰਦੇ ਆ ਉਹਨਾਂ ਨੇ ਇੱਕੋ ਹੀ ਗੱਲ ਕੀਤੀ ਐ ਕਿ ਨਾ ਖਾਊਂਗਾ ਨਾ ਕਿਸੇ ਕੋ ਖਾਣੇ ਦਊਂਗਾ ਔਰ ਸਭ ਦਾ ਸਾਥ ਸਭ ਦਾ ਵਿਕਾਸ ਸਭ ਨੂੰ ਨਾਲ ਲੈ ਕੇ ਚੱਲਾਂਗਾ ਔਰ ਤੁਸੀਂ ਦੇਖੋ ਕਿ ਹੁਣ ਤੱਕ ਜਿੰਨਾ ਸਮਾਂ ਉਹਨਾਂ ਨੂੰ ਬਣਿਆ ਨੂੰ ਹੋਇਆ ਇੱਕ ਵੀ ਭ੍ਰਿਸ਼ਟਾਚਾਰ ਦਾ ਦੋਸ਼ ਜਿਹੜਾ ਮੋਦੀ ਸਾਹਿਬ ਤੇ ਜਾਂ ਉਹਨਾਂ ਦੇ ਕਿਸੇ ਮੰਤਰੀ ਤੇ ਨਹੀਂ ਲੱਗਾ ਔਰ ਕੋਈ ਵੀ ਛੁੱਟੀ ਉਹਨਾਂ ਨੇ ਜਦੋਂ ਦੇ ਮੁੱਖ ਮੰਤਰੀ ਬਣਿਆ ਪ੍ਰਧਾਨ ਮੰਤਰੀ ਰਹਿਆ ਕੀਤੀ ਨਹੀਂ ਔਰ ਅੱਜ ਗਰੀਬਾਂ ਨੂੰ ਜੇ ਜੜੀਆਂ ਬੀਬੀਆਂ ਸਾੜੀਆਂ ਦੀਆਂ ਅੱਖਾਂ ਚਲ ਗਈਆਂ ਸੀ ਜਿਹੜੀਆਂ ਬਾਲਣ ਚੁੱਲਿਆਂ 'ਚ ਬਾਲਦੀਆਂ ਸੀ ਉਹਨਾਂ ਨੂੰ ਗੈਸ ਸਿਲੰਡਰ ਦਿੱਤੇ ਆ ਜਿਹਨਾਂ ਦੇ ਘਰ ਗਰੀਬ ਦੇ ਟਾਇਲਟ ਸੀ ਉਹਨਾਂ ਨੂੰ ਟਾਇਲਟ ਬਣਾ ਕੇ ਦਿੱਤੀ ਆ ਘਰਾਂ ਨੂੰ ਨਮਿਆਂ ਨੂੰ ਬਣਾਉਣ ਵਾਸਤੇ ਪੈਸੇ ਦਿੱਤੇ ਆ ਤੁਹਾਡੇ ਜਿਹੜਾ ਅੱਜ ਰੋਸ਼ਨ ਫ੍ਰੀ ਮਿਲ ਰਿਹਾ ਕਣਕ ਫ੍ਰੀ ਮਿਲ ਰਹੀ ਏ ਖਾਣ ਵਾਸਤੇ ਗਰੀਬ ਲੋਕਾਂ ਨੂੰ ਉਹ ਵੀ ਜਿਹੜੀ ਐ ਮੋਦੀ ਸਾਹਿਬ ਵੱਲੋਂ ਭੇਜੀ ਜਾ ਰਹੀ ਏ ਔਰ ਉਹਨਾਂ ਨੇ ਜਿੱਕੇ 5-5 ਲੱਖ ਰੁਪਈਆ ਫ੍ਰੀ ਕਾਰਡ ਬਣਾਏ ਆ ਜਿਹੜੇ ਜਿਹਦੇ ਨਾਲ ਤੁਹਾਡਾ ਮੁਫਤ ਇਲਾਜ ਹੁੰਦਾ ਪੰਜਾਬ ਸਰਕਾਰ ਨੇ ਵੀ ਬਣਾਏ ਸੀ ਲੇਕਿਨ ਉਹ ਪੰਜਾਬ ਸਰਕਾਰ ਦੇ ਕਾਰਡ ਚੱਲੇ ਨਹੀਂ ਔਰ ਜਿਹੜੇ ਮੋਦੀ ਸਾਹਿਬ ਦੇ ਕਾਰਡ ਆ ਉਹ ਪੰਜਾਬ ਸਰਕਾਰ ਨੇ ਬਣਾਏ ਨਹੀਂ ਤੇ ਇਸ ਕਰਕੇ ਉਹ ਸਾਰੀਆਂ ਜਿਹੜੀਆਂ ਗੱਲਾਂ ਹਨ ਪੰਜਾਬ ਤੇ ਦੇਸ਼ ਦੇ ਭਵਿੱਖ ਲਈ ਕਰਨਾ ਚਾਹੁੰਦੇ ਆ ਪੰਜਾਬੀਆਂ ਦੇ ਨਾਲ ਬੜਾ ਪਿਆਰ ਰੱਖਦੇ ਆ ਔਰ ਉਹਨਾਂ ਨੇ 1984 ਦਾ ਜਿਹੜਾ ਕਤਲਿਆ ਅਮਿੰਦਰਾ ਗਾਂਧੀ ਦੇ ਮਰਨ ਤੋਂ ਬਾਅਦ ਸਿੱਖਾਂ ਦਾ ਹੋਇਆ ਪੰਜਾਬੀਆਂ ਦਾ ਹੋਇਆ ਉਹਦੇ ਕੇਸ ਜਿਹੜੇ ਕਾਂਗਰਸ ਪਾਰਟੀ ਨੇ ਬੰਦ ਕਰ ਦਿੱਤੇ ਸੀ 35 ਸਾਲਾਂ ਬਾਅਦ ਦੁਬਾਰਾ ਫੇਰਲਾ ਖਲਵਾਈਆਂ ਔਰ ਵਕੀਲ ਵਧੀਆ ਕਰਕੇ ਉਹਨਾਂ ਨੂੰ ਅਦਾਲਤਾਂ ਵਿੱਚ ਜਿਹੜਾ ਸਜ਼ਾਵਾ ਦਵਾਈਆਂ ਸੋ ਜਿਹੜਾ ਸੱਜਨ ਕੁਮਾਰ ਜਾਖੜ ਹੈ ਔਰ ਉਹਦੇ ਸਾਥੀਆਂ ਨੂੰ ਜੇਲ੍ਹਾਂ ਵਿੱਚ ਭੇਜਿਆ ਔਰ ਜਿਹੜਾ ਲੰਗਾ ਕਰਤਾਰਪੁਰ ਸਾਹਿਬ ਦਾ ਜਿਹੜਾ 70 ਸਾਲਾਂ ਤੋਂ ਖੁੱਲਿਆ ਨਹੀਂ ਸੀ ਉਹ ਵੀ ਮੋਦੀ ਸਾਹਿਬ ਨੇ ਖਲਵਾਇਆ ਸਾਡੇ ਬੱਚੇ ਜਿਹੜੇ ਅੱਤਵਾਦ ਦੇ ਸਫੇ ਵਿੱਚ ਵਿਦੇਸ਼ਾਂ ਚ ਚਲੇ ਗਏ ਉੱਥੇ ਜਾ ਕੇ ਰਾਜਨੀਤਿਕ ਸਟੇ ਲਈ ਸੀ ਉਹਨਾਂ ਨੂੰ ਕਾਲੀ ਸੂਚੀ ਵਿੱਚ ਕਾਂਗਰਸ ਪਾਰਟੀ ਨੇ ਪਾ ਦਿੱਤਾ ਸੀ ਉਹ ਆਪਣੇ ਘਰ ਵਾਪਸ ਨਹੀਂ ਸੀ ਪੰਜਾਬ ਵਿੱਚ ਆ ਸਕਦੇ ਉਹ ਕਾਲੀ ਸੂਚੀ ਨੂੰ ਖਤਮ ਕੀਤਾ ਤੇ ਹੁਣ ਜਿਹੜੇ ਆਪਣੇ ਕਿਸਾਨ ਉਹਨਾਂ ਦੇ 2-2000 ਰੁਪਇਆ ਖਾਤੇ ਵਿੱਚ ਪਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਜਿਹੜਾ ਸਹਬਜ਼ਾਦੇ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਹਨਾਂ ਦੇ ਨਾਂ ਤੇ ਬਾਲ ਵੀਰ ਦਿਵਸ ਨਾਂ ਰੱਖਿਆ ਜਿਹੜਾ ਹਰ ਸਾਲ ਜਿਹੜਾ ਮਨਾਇਆ ਜਾਵੇਗਾ ਛੁੱਟੀ ਹੋਏਗੀ ਔਰ ਸਕੂਲਾਂ 'ਚ ਪੜ੍ਹਾਈ ਹੋਏਗੀ ਔਰ ਜਿੰਨੀਆਂ ਸਾਡੀਆਂ ਆਪਣੀਆਂ ਵਿਦੇਸ਼ਾਂ ਦੇ ਵਿੱਚ ਜਿਹੜੇ ਰਾਜ ਦੂਤ ਹੈ ਜਿੱਥੀਆਂ ਮੈਸੀਆਂ ਹਨ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਹੜੇ ਅਖੰਡ ਪਾਠ ਕਰਵਾਏ ਅਖੰਡ ਜਾਪ ਕਰਵਾਏ ਜਦੋਂ ਨਾਨਕ ਸਾਹਿਬ ਬਾਬਾ ਜੀ ਦਾ ਸਾਡੇ 500 ਸਾਲਾਂ ਆਪਾਂ ਜਨਮ ਦਿਹਾੜਾ ਮਨਾਇਆ ਤੇ ਇਸੇ ਤਰ੍ਹਾਂ ਹੋਰ ਵੀ ਬਹੁਤ ਕੁਝ ਨਮੋਦੀ ਸਾਹਿਬ ਪੰਜਾਬ ਵਾਸਤੇ ਕਰਨਾ ਚਾਹੁੰਦੇ ਸੀ ਲੇਕਿਨ ਪਿਛਲੇ ਦਿਨੀ ਉਹਨਾਂ ਨੇ ਇੱਥੇ ਪੰਜਾਬ ਵਿੱਚ ਆਉਣਾ ਆਏ ਔਰ ਪੰਜਾਬ ਦੀ ਸਰਕਾਰ ਨੇ ਉਹਨਾਂ ਦਾ ਨੂੰ ਜਿਹੜਾ ਰਸਤਾ ਰੋਕਿਆ ਔਰ ਜੋ ਪੰਜਾਬ ਦੇ ਵਾਸਤੇ 47000 ਕਰੋੜ ਰੁਪਏ ਦੇ ਪ੍ਰੋਜੈਕਟ ਲੈ ਕੇ ਆਏ ਸੀ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਵਾਸਤੇ ਪੰਜਾਬ ਦੇ ਸਾਰੇ ਵਰਗਾਂ ਦੇ ਲੋਕਾਂ ਵਾਸਤੇ ਉਹ ਚੰਨੀ ਦੀ ਸਰਕਾਰ ਨੇ ਉਹਨਾਂ ਨੂੰ ਦੇਣ ਤੋਂ ਰੋਕਿਆ ਤੇ ਜਿਹੜਾ ਅੱਜ ਪੰਜਾਬ ਹੈ ਉਹ ਬਹੁਤ ਪਿੱਛੇ ਪੈ ਗਿਆ ਤੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕਾਂਗਰਸ ਦੀ ਚੰਨੀ ਸਰਕਾਰ ਨੇ ਕੀਤਾ ਤੇ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਜਿਹੜੀ ਸੈਂਟਰ ਸਰਕਾਰ ਹੋਵੇ ਕੇਂਦਰ ਸਰਕਾਰ ਹੋਵੇ ਉਹੀ ਸਟੇਟ ਵਿੱਚ ਸਰਕਾਰ ਹੋਵੇ ਤਾਂ ਉਹ ਮਿਲ ਕੇ ਚੱਲਣ ਤਾਂ ਆਪਣੀ ਸਟੇਟ ਦਾ ਭਲਾ ਹੋ ਸਕਦਾ ਲੋਕਾਂ ਦਾ ਭਲਾ ਹੋ ਸਕਦਾ ਤੇ ਆਓ ਆਪਾਂ ਸਾਰੇ ਮੋਦੀ ਸਾਹਿਬ ਨਾਲ ਹੱਥ ਮਿਲਾਈਏ ਔਰ ਪੰਜਾਬ ਵਿੱਚ ਵੀ ਭਾਰਤੀ ਜਨਤਾ ਪਾਰਟੀ ਪੰਜਾਬ ਲੋਕ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਸਹਿਯੋਗ ਦੀ ਸਰਕਾਰ ਬਣਾਈਏ ਔਰ ਪੰਜਾਬ ਨੂੰ ਨਵਾਂ ਪੰਜਾਬ ਖੁਸ਼ਹਾਲ ਪੰਜਾਬ ਬਣਾਈਏ ਨਸ਼ਿਆਂ ਤੋਂ ਮੁਕਤ ਹੋਵੇ ਭ੍ਰਿਸ਼ਟਾਚਾਰ ਤੋਂ ਮੁਕਤ ਹੋਵੇ ਔਰ ਸਾਰੇ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਭਾਈਚਾਰ ਦੇ ਨਾਲ ਰਹੀਏ ਕਿਉਂਕਿ ਜਿੱਥੇ ਅਮਨ ਹੋਏਗਾ ਸ਼ਾਂਤੀ ਹੋਏਗੀ ਉੱਥੇ ਹੀ ਜਿਹੜੀ ਤਰੱਕੀ ਹੁੰਦੀ ਹੈ ਜਿੱਥੇ ਗੜਬੜ ਹੋਏਗੀ ਉੱਥੇ ਜਿਹੜੇ ਇੰਡਸਟਰੀਆਂ ਵਾਲੇ ਕਰੋੜਾ ਰੁਪਇਆ ਆਕੇ ਦੀ ਲਾਉਂਦੇ ਇਸ ਕਰਕੇ ਜਿਹੜੇ ਇੱਥੇ ਕਾਮਨਿਸਟ ਲੋਕ ਹੈ ਜਿਹੜੇ ਪੰਜਾਬ ਦਾ ਹਾਲਾਤ ਖਰਾਬ ਕਰਨ ਵਾਲੇ ਲੋਕ ਹੈ ਉਹਨਾਂ ਨੇ ਪਹਿਲਾਂ ਹੀ ਜਿਹੜੀ ਨਾ ਬਟਾਲੇ ਚ ਇੰਡਸਟਰੀ ਰਹਿਣ ਦੁੱਤੀ ਹੈ ਨੰਬਰਸਰਚ ਰਹਿਣ ਦੁੱਤੀ ਹੈ ਨਾ ਗਵਿੰਦਗੜ੍ਹ ਚ ਰਹਿਣ ਦੁੱਤੀ ਹੈ ਇੱਥੇ ਸਾਡੇ ਲੋਕਾਂ ਦੀ ਜਿਹੜੀ ਪੰਜਾਬ ਦੀ ਇੰਡਸਟਰੀ ਖਤਮ ਹੋ ਗਈ ਬਾਹਰ ਦੀਆਂ ਸਟੇਟਾਂ ਚ ਚਲੀ ਗਈ ਲੇਕਿਨ ਮੋਦੀ ਸਾਹਿਬ ਪੰਜਾਬ ਦੇ ਵਿੱਚ ਵੱਡਵਡੀ ਇੰਡਸਟਰੀ ਲਗਾਉਣਾ ਚਾਹੁੰਦੇ ਆ ਇੱਥੇ ਵੱਡੇ ਪੀਜੀਆਈ ਵਰਗੇ ਹਸਪਤਾਲ ਬਣਾਉਣਾ ਚਾਹੁੰਦੇ ਆ ਲੋਕਾਂ ਨੂੰ ਸਿਹਤ ਸਹੂਲਤਾਂ ਰੋਜ਼ਗਾਰ ਇੱਥੇ ਮਹੱਈਆ ਕਰਾਉਣਾ ਚਾਹੁੰਦੇ ਆ ਤੇ ਇਸ ਕਰਕੇ ਆਓ ਆਪਾਂ ਇੱਕ ਵਾਰੀ ਭਾਜਪਾ ਭਾਰਤੀ ਜਨਤਾ ਪਾਰਟੀ ਉਹਦੀ ਸਹਿਯ ਪੰਜਾਬ ਵਿੱਚ ਕਮਲ ਦੇ ਫੁੱਲ ਦਾ ਬਟਨ ਦਬਾ ਕੇ ਆਪਾਂ ਸਾਰੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਜਿੱਤ ਕੇ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਤੇ ਉਸ ਦੇ ਸਹਿਯੋਗੀ ਪਾਰਟੀਆਂ ਦੀ ਸਰਕਾਰ ਬਣਾਈਏ ਤੁਸੀਂ ਪੰਜਾਬ ਦੇ ਵਿਕਾਸ ਲਈ ਕਿਹੜੇ 4-5 ਇਹੋ ਜਿਹੇ ਫੈਸਲੇ ਚਾਹੁੰਦੇ ਆ ਜਿਹਦੇ ਨਾਲ ਪੰਜਾਬ ਤਰੱਕੀਆਂ ਤੇ ਖੁਸ਼ਹਾਲੀ ਦੇ ਉੱਤੇ ਜਾਵੇ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਪਹਿਲਾਂ ਤਾਂ ਰੋਜ਼ਗਾਰ ਦੀ ਸਮੱਸਿਆ ਹੈ ਖੇਤੀਬਾੜੀ ਆਧਾਰਿਤ ਜਿਹੜੇ ਸਾਡੇ ਇੰਡਸਟਰੀ ਲੱਗਣੀ ਚਾਹੀਦੀ ਹੈ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮਿਲਣੀਆਂ ਚਾਹੀਦੀਆਂ ਔਰ ਜਿਹੜਾ ਨਸ਼ਾ ਇੱਥੇ ਸਾਡੇ ਘਰ-ਘਰ ਦੇ ਵਿੱਚ ਲੋਕਾਂ ਨੇ ਬਾੜ ਕੇ ਸਾਡੇ ਪੁੱਤ ਮਾਰੇ ਆ ਉਹ ਨਸ਼ਾ ਮੁਕਤ ਪੰਜਾਬ ਹੋਣਾ ਚਾਹੀਦਾ ਭ੍ਰਿਸ਼ਟਾਚਾਰ ਮੁਕਤ ਹੋਣਾ ਚਾਹੀਦਾ ਔਰ ਹੋਰ ਵੀ ਜਿਹੜੇ ਸਾਡੇ ਤਰੱਕੀ ਤੇ ਖੁਸ਼ਹਾਲੀ ਦੇ ਕੰਮ ਹਨ ਕਰਨ ਵਾਲੇ ਉਹ ਜ਼ਰੂਰੀ ਉਹ ਹੋਣੇ ਚਾਹੀਦੇ ਭੰਡਾਰ ਸਭਾ ਚੋਣਾਂ ਦੇ ਵਿੱਚ ਤੁਹਾਡੀ ਪਾਰਟੀ ਦੀਆਂ ਕੀ ਕੀ ਸੰਭਾਵਨਾਵਾਂ ਕਿਹੜੀ ਪਾਰਟੀ ਦੇ ਨਾਲ ਤੁਸੀਂ ਸਮਝਦੇ ਆ ਕਿ ਸਾਡਾ ਮੁਕਾਬਲਾ ਹੈ ਮੈਂ ਸਮਝਦਾ ਕਿ ਅੱਜ ਵਿਰੋਧੀ ਪਾਰਟੀਆਂ ਜਿੰਨੀਆਂ ਵੀ ਹਨ ਉਹ ਸਾਰੀਆਂ ਖੇਰੂ-ਖੋਰੀ ਹੋਈਆਂ ਪਈਆਂ ਤੁਹਾਡੇ ਸਾਹਮਣੇ 5-6 ਧਰੀ ਜਿਹੜਾ ਕੰਟੈਸਟ ਹੋ ਰਿਹਾ ਪੰਜਾਬ ਦੇ ਅੰਦਰ ਹਰਕਤਾਂ ਜਿਹੜੇ ਆ 5-5 7-7 ਬੰਦੇ ਜਿਹੜੇ ਆ ਉਹ ਪਾਰਟੀਆਂ ਖੜੀਆਂ ਹੋਈਆਂ ਅੱਗੇ ਦੋ ਪਾਰਟੀਆਂ ਚ ਹੀ ਹੁੰਦਾ ਸੀ ਫੈਸਲਾ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਲੇਕਿਨ ਹੁਣ ਜਿਹੜਾ ਮੈਂ ਸਮਝਦਾ ਕਿ ਇਹ ਜਿਹੜੀ ਵੋਟ ਹੈ ਬਹੁਤ ਤਰ੍ਹਾਂ ਵਿੱਚ ਵੰਡੀ ਜਾਏਗੀ ਔਰ ਭਾਰਤੀ ਜਨਤਾ ਪਾਰਟੀ ਸਹਿਯੋਗੀ ਪਾਰਟੀਆਂ ਨੂੰ ਫਾਇਦਾ ਹੋਏਗਾ ਔਰ ਪੰਜਾਬ ਦੇ ਲੋਕ ਵੀ ਇਹ ਗੱਲ ਸਮਝਦੇ ਆ ਕਿ ਜੇ ਕੋਈ ਫਾਇਦਾ ਕਰ ਸਕਦਾ ਪੰਜਾਬ ਦਾ ਉਹ ਭਾਰਤੀ ਜਨਤਾ ਪਾਰਟੀ ਤੋਂ ਉਹਦੀ ਸਹਿਯੋਗੀ ਪਾਰਟੀਆਂ ਕਿਉਂਕਿ ਕੇਦਰੀਵਾਲ ਸਾਹਿਬ ਤਾਂ ਇੱਕ ਲੁਧਿਆਣੇ ਦੀ ਕਾਰਪੋਰੇਸ਼ਨ ਵਰਗੇ ਜਿਹੜੇ ਆ ਉੱਥੇ ਮੁੱਖ ਮੰਤਰੀ ਹੈ ਨਾ ਤਾਂ ਉਹਨਾਂ ਕੋਲ ਪੂਰੇ ਵਿਭਾਗੇ ਆ ਜਿਹੜੀਆਂ ਉਹ ਗਾਰੰਟੀਆਂ ਦਿੰਦਾ ਉਹਦੇ ਵਿੱਚ ਵੀ ਉਹ ਸਾਰੀਆਂ ਝੂਠੀਆਂ ਆ ਉੱਥੇ ਕਿਸੇ ਵੀ ਲੜਕੀ ਨੂੰ ਔਰਤ ਨੂੰ ਦਿੱਲੀ 'ਚ ਕੋਈ ਮੰਤਰੀ ਨਹੀਂ ਬਣਾਇਆ ਜਿਹੜਾ ਕਹਿੰਦਾ ਮੈਂ ਇੱਥੇ ਤੇ ਹਜ਼ਾਰ-ਹਜ਼ਾਰ ਰੁਪਏ ਦਊਂਗਾ ਉੱਥੇ ਕਿਸੇ ਔਰਤ ਨੂੰ 1 ਰੁਪਈਆ ਨਹੀਂ ਦੇ ਰਿਹਾ ਤੇ ਉਹ ਜਿਹੜੀ ਗੱਲ ਕਹਿੰਦਾ ਉਹਦੇ 'ਚ ਕੋਈ ਸੱਚਾਈ ਨਹੀਂ ਜਲੰਧਰ ਸਾਹਿਬ ਇੱਕ ਤਾਂ ਕਹਿੰਦਾ ਮੈਂ ਇੰਟਰਨੈਸ਼ਨਲ ਯੂਨੀਵਰਸਿਟੀ ਬਣਾਉਂਗਾ ਇੱਥੇ ਖੇਡਾਂ ਦੀ ਦੂਜਿਆਂ ਨੇ ਕਿਹਾ ਕਿ ਇੰਟਰਨੈਸ਼ਨਲ 에ਰਪੋਰਟ ਜਿਹੜਾ ਜਲੰਧਰ ਚ ਬਣਾਇਆ ਜਾਏਗਾ ਸਾਡਾ ਤਾਂ ਅਮਰਸਰ ਦਾ 에ਰਪੋਰਟ ਆ ਉਹੀ ਨਹੀਂ ਪੂਰਾ ਹਜੇ ਚੱਲ ਰਿਹਾ ਤੇ ਇੰਟਰਨੈਸ਼ਨਲ 에ਰਪੋਰਟ ਦੀ ਜਿਹੜੀ ਆਪਣੀ ਬਣਾਉਣ ਦੀ ਹੈ ਗੱਲ ਉਹ ਸਟੇਟ ਸਰਕਾਰ ਨਹੀਂ ਕਰ ਸਕਦੀ ਉਹ ਕੇਂਦਰ ਸਰਕਾਰ ਹੀ ਕਰ ਸਕਦੀ ਹੈ ਇਹ ਸਾਡੇ ਲੋਕਾਂ ਨੂੰ ਮੂਰਖ ਬਣਾ ਰਿਹਾ ਕਿ ਉਠੀਆਂ ਗੱਲਾਂ ਕਰਕੇ ਉਹ ਜਿੱਥੋਂ ਮਰਜੀ ਪਤਾ ਕਰ ਲਓ ਕਿ ਜਿਹੜੀ ਇਹ ਇੰਟਰਨੈਸ਼ਨਲ 에ਰਪੋਰਟ ਕੌਣ ਬਣਾ ਸਕਦਾ ਤੇ ਇਸੇ ਤਰ੍ਹਾਂ ਕਾਂਗਰਸ ਪਾਰਟੀ ਨੇ ਦੇਖੋ ਜਿਹੜੇ ਵਾਅਦੇ ਕੀਤੇ ਸੀ ਉਹਤੇ ਕਿਤੇ ਪੂਰੀ ਨਹੀਂ ਉਤਰੀ। ਔਰ ਕਿਸਾਨ ਵੀ ਇੱਥੇ ਲੜ ਰਹੇ। ਹੋਰ ਪਾਰਟੀਆਂ ਵੀ ਜਿਹੜੀਆਂ ਉਹ ਵੀ ਲੜ ਰਹੀਆਂ। ਪਰ ਮੈਂ ਸਮਝਦਾ ਕਿ ਜਿਹੜੇ ਸਾਰੇ ਲੋਕ ਇਹਨਾਂ ਦਾ ਝੋਲਾ ਖਾਲੀ ਐ। ਕਾਂਗਰਸ ਨੇ ਔਰ ਅਕਾਲੀ ਦਲ ਨੇ ਹਜ਼ਾਰਾਂ ਕਰੋੜ ਰੁਪਏ ਦਾ ਪੰਜਾਬ ਨੂੰ ਕਰਜ਼ਾਈ ਕੀਤਾ। ਅੱਜ ਜੇ ਪੰਜਾਬ ਨੇ ਕਰਜ਼ਾ ਮੁਕਤ ਹੋਣਾ, ਪੰਜਾਬ 'ਚ ਨੇ ਖੁਸ਼ਹਾਲੀ ਲਿਆਉਣੀ ਐ। ਦੁਬਾਰਾ ਪੰਜਾਬ ਨੇ ਆਪਣਾ ਨਵਾਂ ਪੰਜਾਬ ਬਣਾ ਕੇ ਪੰਜਾਬ ਦੀ ਤਰੱਕੀ ਕਰਾਉਣੀ ਐ। ਤੇ ਫੇਰ ਜਿਹੜਾ ਉਹ ਇੱਕੋ ਹੀ ਇੱਕ ਵਿਅਕਤੀ ਹੈ ਉਹ ਨਰਿੰਦਰ ਮੋਦੀ ਭਾਰਤੀ ਜਨਤਾ ਪਾਰਟੀ ਜਿਹੜੀ ਇੱਥੇ ਜਿਹੜੀ ਹੈ ਉਹ ਤਰੱਕੀ ਕਰਵਾ ਸਕਦੀ ਹੈ ਤੇ ਫਿਰ ਕਿਉਂ ਨਾ ਆਪਾਂ ਉਹਨਾਂ ਲੋਕਾਂ ਨਾਲ ਹੱਥ ਮਲਾਈਏ ਜਿਹੜੇ ਸਾਡਾ ਕੁਝ ਕਰ ਸਕਦੇ ਆ ਤੇ ਨਾਲੇ ਉਹ ਮੋਦੀ ਸਾਹਿਬ ਪੰਜਾਬੀਆਂ ਨੂੰ ਪਿਆਰ ਕਰਦੇ ਆ ਉਹ ਪੰਜਾਬ ਦਾ ਭਲਾ ਕਰਨਾ ਚਾਹੁੰਦੇ ਆ ਤੇ ਫੇ ਆਪਾਂ ਭਲਾ ਕਰਾਉਣਾ ਕਿਉਂ ਨਹੀਂ ਚਾਹੁੰਦੇ ਤੇ ਜਿਹੜਾ ਕੋਈ ਬੰਦਾ ਸਾਨੂੰ ਕੁਝ ਫਾਇਦਾ ਦਿੰਦਾ ਫਿਰ ਸਾਨੂੰ ਉਹਦੇ ਨਾਲ ਹੱਥ ਮਲਾਉਣਾ ਚਾਹੀਦਾ ਜਿਹਦੇ ਕੋਲ ਆਪਣੇ ਕੋਲੇ ਕੁਝ ਨਹੀਂ ਦੇਣ ਵਾਸਤੇ ਉਹਦੇ ਨਾਲ ਹੱਥ ਮਲਾ ਕੇ ਸਾਨੂੰ ਕੀ ਫਾਇਦਾ ਰਾਜ ਦੇ ਲੋਕਾਂ ਲਈ ਤੁਹਾਡਾ ਕੀ ਸਨੇਹ ਹੈ ਕੀ ਕਹਿਣਾ ਚਾਹੁੰਦੇ ਹੋ ਰਾਜ ਦੇ ਲੋਕਾਂ ਲਈ ਪੰਜਾਬ ਦੇ ਲੋਕਾਂ ਤੋਂ ਮੈਂ ਹੀ ਬੇਨਤੀ ਕਰਦਾ ਕਿ ਪਸੀਂ ਇੱਥੇ ਬਹੁਤ ਦੁੱਖ ਝੱਲੇ ਆਤਵਾਦ ਦਾ ਸਮਾਂ ਦੇਖਿਆ 15-20 ਸਾਲ ਔਰ ਅੱਜ ਅਸੀਂ ਮਸਾਂ ਪੰਜਾਬ ਜਿਹੜਾ ਅਮਨਵ ਸ਼ਾਂਤੀ ਨਾਲ ਰਹਿ ਰਿਹਾ ਹੈ ਤੇ ਅਸੀਂ ਪੰਜਾਬ ਨੂੰ ਨਵਾਂ ਪੰਜਾਬ ਖੁਸ਼ਹਾਲ ਪੰਜਾਬ ਬਣਾਈਏ ਨਸ਼ਾ ਮੁਕਤ ਹੋਵੇ ਭ੍ਰਿਸ਼ਟਾਚਾਰ ਮੁਕਤ ਹੋਵੇ ਡਰ ਭੈਅ ਮੁਕਤ ਹੋਵੇ ਔਰ ਸਾਰਿਆਂ ਦੇ ਆਪਾਂ ਪਿਆਰ ਦੇ ਨਾਲ ਸਭ ਤੋਂ ਪਹਿਲਾਂ ਰਹੀਏ ਔਰ ਪੰਜਾਬ ਜਿਹੜਾ ਉਹ ਤਰੱਕੀ ਦੀਆਂ ਮੰਜ਼ਲਾਂ ਅਨੁਸਾਰ ਕਰੇ ਜਿਹੜਾ ਪੰਜਾਬ ਦਾ ਸਾਡੇ ਤੇ ਕਰਜ਼ਾ ਚੜਿਆ ਉਹ ਵੀ ਉਤਰੇ ਔਰ ਅਸੀਂ ਨਵਾਂ ਪੰਜਾਬ ਜਿਹੜਾ ਜਿਸ ਦੀ ਨਰਿੰਦਰ ਮੋਦੀ ਸਾਹਿਬ ਨੇ ਭਾਰਤੀ ਜਨਤਾ ਪਾਰਟੀ ਨੇ ਕਲਪਨਾ ਕੀਤੀ ਹੈ ਕਿ ਬਣਾਉਣਾ ਚਾਹੁੰਦੇ ਆ ਉਸ ਪੰਜਾਬ ਨੂੰ ਆਪਾਂ ਬਣਾ ਬਣਾਈਏ ਤੇ ਆਪਣਾ ਜਿਹੜਾ ਇੱਕ ਇੱਕ ਵੋਟ ਹੈ ਉਹ ਕਮਲ ਦੇ ਫੁੱਲ ਦਾ ਬਟਨ ਦਬਾ ਕੇ ਭਾਰਤੀ ਜਨਤਾ ਪਾਰਟੀ ਨੂੰ ਪਾਈਏ ਇਸ ਤਰ੍ਹਾਂ ਲੋਪ ਜਿੱਥੇ ਪੰਜਾਬ ਲੋਕ ਕਾਂਗਰਸ ਖੜੀ ਹੈ ਸੰਯੁਕਤ ਕਾਲੀ ਦਾਲ ਖੜਾ ਉੱਥੇ ਉਹਨਾਂ ਦੇ ਉਮੀਦਵਾਰਾਂ ਨੂੰ ਜਿਤਾਈਏ ਔਰ ਇਹ ਲੜੀ ਮੇੜੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਇੱਥੇ ਬਣੇ ਔਰ ਪੰਜਾਬ ਜਿਹੜਾ ਹੈ ਉਹ ਇੱਕ ਅਮਨ ਔਰ ਸ਼ਾਂਤੀ ਖੁਸ਼ਹਾਲੀ ਦੇ ਰਸਤੇ ਤੇ ਤੁਰੇ ਇਹ ਹੀ ਮੇਰੀ ਬੇਨਤੀ ਇਹ ਸਨ ਚੌਧਰੀ ਮੋਹਨ ਲਾਲ ਜੀ ਸਾਬਕਾ ਵਿਧਾਇਕ ਹਲਕਾ ਬੰਗਾ ਜਿਨ੍ਹਾਂ ਦੇ ਨਾਲ ਅਸੀਂ ਵਕ ਵਕ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਹੈ ਸਾਰਿਆਂ ਦਾ ਧੰਨਵਾਦ ਜੀ ਉਹ ਕੀ ਸਵੇਰ ਦੇ ਖੇਡੀ ਜਾਂਦੇ ਹੋ ਤੁਸੀਂ ਉਹ ਬੱਸ ਕਰੋ ਪੜ ਵੀ ਲਓ ਹੁਣ ਚੀਟਰ ਚੀਟਰ ਚੁੱਪ ਠੱਗੀ ਥਾਦਾ ਆਪਨੇ ਚੀਟਿੰਗ ਕਰਕੇ ਜਿੱਤਦਾ ਰਹਿੰਦਾ ਸੋ ਮੈਨੂੰ ਮੈਂ ਕੋਈ ਚੀਟਿੰਗ ਨਹੀਂ ਕੀਤੀ ਉਹ ਆਤਾ ਝੂਠੀਆਂ ਕਸਮਾਂ ਖਾਈ ਜਾਂਦਾ ਧੋਖੇबाज ਕਿਸੇ ਥਾਂ ਦਾ ਪਾਪ ਲੱਗੂ ਪਾਪ ਉਹ ਕੱਪੂ ਤੂੰ ਐਵੇਂ ਇੰਨੀਆਂ ਝੂਠੀਆਂ ਸੌਂਗਾਂ ਖਾਈ ਜਨਾ ਮੈਂ ਸੋ ਖਾਦੀ ਤਾਂ ਤੁਹਾਨੂੰ ਇੰਨੀ ਪੀੜ ਹੋਗੀ ਆ ਸਰਕਾਰ ਨੇ ਇੰਨੀਆਂ ਸੋਹਾ ਖਾਦੀਆਂ ਵਾਦੇ ਕੀਤੇ ਉਹਨਾਂ ਦਾ ਕੀ ਕਿ ਹਸੀ ਕਰ ਕਰ ਰੋਜ਼ਗਾਰ ਮਿਲੂਗਾ ਦਿੱਤੀਆਂ ਕਰ ਕਰ ਨੌਕਰੀਆਂ ਮੇਰਾ ਵੀਰਾ ਹੁਣ ਵੀ ਠੱਕੇ ਖਾਂਦਾ ਨਾਲੇ ਨਸ਼ੇ ਕਰਦਾ ਨਸ਼ਾ ਖਤਮ ਕਰਨ ਦੀ ਵੀ ਤਾਂ ਸੌ ਖਾਦੀ ਸੀ ਇਹਨਾਂ ਨੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਦੀ ਸੌ ਹੋ ਗਏ ਸਭ ਦੇ ਸਾਰੇ ਕਰਜ਼ੇ ਮਾਫ਼ ਬਾਪੂ ਦੇ ਤਾਂ ਖੇਤ ਵੀ ਬੈਂਕਾਂ ਦੇ ਲੈ ਗਏ ਇਸ ਕਾਂਗਰਸ ਸਰਕਾਰ ਤੋਂ ਕਿਉਂ ਨਹੀਂ ਜਵਾਬ ਮੰਗਦੇ